these two plates belongs to maharaja ranjit singh acha ji these are poison testing plates theek hai if you put poison food in this plate it will change the color theek hai te agar ede vich zeher wala ya zeher wala khana pau ya zeher pauoge te ede ch cracks aana shuru ho jande vaaj ji eh dono hi maharaja de istemal diyan plates ne ਏ ਤੇ ਅਸੀਂ ਸੁਣਿਆ ਵੈਸੇ ਜਿੱਥੇ ਵੀ ਜਾਣੇ ਕਿਤੇ ਕਿਲਾ ਦੇਖਣ ਜਾਂ ਹਿਸਟਰੀ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ ਰਾਜੇ ਹੁੰਦੇ ਸੀਗੇ ਉਹ ਅਜੇ ਹੀ ਅਹੀ ਪਲੇਟਾਂ ਦੇ ਵਿੱਚ ਖਾਣਾ ਖਾਂਦੇ ਸੀ ਜਿਹਦੇ ਵਿੱਚ ਜ਼ਹਿਰ ਦਾ ਪਤਾ ਲੱਗ ਜੇ ਕਿਉਂਕਿ ਯੂਜ਼ੂਲੀ ਜਦੋਂ ਉਹਨਾਂ ਦੇ ਖਿਲਾਫ ਕੋਈ ਸਾਜ਼ਿਸ਼ ਕੀਤੀ ਜਾਂਦੀ ਸੀ ਉਹ ਚੋਂ ਸੌਖਾ ਤਰੀਕਾ ਇਹੀ ਸੀ ਕਿ ਉਹਨਾਂ ਦੇ ਖਾਣੇ ਵਿੱਚ ਥੋੜਾ ਥੋੜਾ ਜ਼ਹਿਰ ਪਾਈ ਜਾਓ ਤੇ ਉਹਦਾ ਅਸਰ ਹੋ ਜਾਏ ਸੋ ਇਹ ਹੁਣ ਤੁਸੀਂ ਪਲੇਟਸ ਦੇਖ ਹੀ ਸਕਦੇ ਆਂ ਤੇ ਕਮਾਲ ਕੀਤੀ ਪਈ ਵੀ ਦੇਖੋ ਇੱਕ ਪਲੇਟ ਹੀ ਐਸੀ ਹੈ ਇਹ ਅੱਜ ਆਪਾਂ ਸੋਚਦੇ ਆਂ ਕਿ ਅਸੀਂ 21 ਸੈਂਚਰੀ ਦੇ ਵਿੱਚ ਆ ਬਹੁਤ ਟੈਕਨੋਲੋਜੀ ਹੈ ਸਾਡੇ ਕੋਲ ਪਰ ਹੁਣ ਸ਼ਾਇਦ ਇਹ ਜਿਹੜੀਆਂ ਚੀਜ਼ਾਂ ਹੀ ਨਹੀਂ ਕਿਉਂਕਿ ਹੁਣ ਅਸੀਂ ਜ਼ਹਿਰ ਵੈਸੇ ਹੀ ਖਾਈ ਜਾ ਰਹੇ ਹਵਾ ਵੀ ਜ਼ਹਿਰ ਪਾਣੀ ਵੀ ਜ਼ਹਿਰ ਖਾਣਾ ਵੀ ਜ਼ਹਿਰ ਤੇ ਉਦੋਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਕਿੰਨਾ ਵਧੀਆ ਸੀਗਾ ਕਿ ਇਹਦੇ ਵਿੱਚੋਂ ਇਹਦੇ 'ਚ ਕਲਰ ਚੇਂਜ ਹੋ ਜਾਂਦਾ ਸੀ ਉਹਦੇ ਵਿੱਚ ਕ੍ਰੈਕਸ ਹੋਣੇ ਸ਼ੁਰੂ ਹੋ ਜਾਂਦੇ ਸੀ ਵਾਹ ਜੀ ਵਾਹ ਇਹ ਜੇ ਦੋਹੇ ਸਬੂਤੀਆਂ ਤੇ ਦਾ ਮਤਲਬ ਆ ਕਿ ਮਹਾਰਾਜਾ ਸਾਹਿਬ ਨੂੰ ਨਹੀਂ ਦਿੱਤਾ ਗਿਆ ਜੀ ਬਿਲਕੁਲ ਐਂ ਜੀ ਬਿਲਕੁਲ